ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਗਲੀ ਦੇ ਵਿੱਚ ਤੁਰੇ ਆ ਰਿਹਾ ਸ਼ਖਸ, ਨਾਲ ਉਸਦੇ ਇੱਕ ਔਰਤ ਔਰ ਇੱਕ ਬੱਚੀ। ਇਹ ਦਰਅਸਲ ਆਮ ਨਹੀਂ ਨੇ, ਇਹ ਚੋਰ ਨੇ ਜਿਨ੍ਹਾਂ ਦੇ ਵੱਲੋਂ ਗਲੀ ਦੇ ਵਿੱਚ ਖੜਾ ਮੋਟਰਸਾਈਕਲ ਚੋਰੀ ਕੀਤਾ ਗਿਆ। ਜ਼ਰਾ ਗੌਰ ਦੇ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਫੈਮਲੀ ਲੱਗ ਰਹੀ ਹੈ ਔਰ ਇਹਨਾਂ ਦੇ ਵੱਲੋਂ ਗਲੀ ਦੇ ਵਿੱਚ ਖੜਾ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਗਿਆ ਔਰ ਕਿਸੇ ਨੂੰ ਭਿਣਕ ਵੀ ਨਹੀਂ ਲੱਗੀ। ਖੰਨਾ ਦੇ GTV ਮਾਰਕੀਟ ਕੋਲ ਦੀਆਂ ਇਹ ਤਸਵੀਰਾਂ ਨੇ। ਦੁਪਹਿਰ ਦਾ ਖਾਣਾ ਖਾਣ ਦੇ ਲਈ ਬਾਈਕ ਸਵਾਰ ਘਰ ਆਇਆ, ਇੰਨੇ ਨੂੰ ਇਹ ਚੋਰਾਂ ਦੇ ਵੱਲੋਂ ਆਪਣਾ ਕਾਰਨਾਮਾ ਕੀਤਾ ਗਿਆ। ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਗਲੀ ਦੇ ਵਿੱਚੋਂ ਲੰਘ ਰਹੇ ਨੇ ਸ਼ਖਸ, ਇੱਕ ਔਰਤ ਔਰ ਇਹਨਾਂ ਨੇ ਇੱਕ ਬੱਚੀ ਨੂੰ ਵੀ ਨਾਲ ਰੱਖਿਆ ਹੋਇਆ ਚੋਰੀ ਦੇ ਵੇਲੇ। ਤਾਂ ਇਹਨਾਂ ਦੋਵੇਂ ਜਣਿਆਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ। ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਸਧਾਰਨ ਫੈਮਲੀ ਲੱਗ ਰਹੀ ਹੈ, ਗਲੀ ਦੇ ਵਿੱਚ ਤੁਰੀ ਜਾ ਰਹੀ ਹੈ। ਤਾਂ ਇਹਨਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਮਾਸੂਮ ਬੱਚੀ ਦਾ ਸਹਾਰਾ ਵੀ ਇਹਨਾਂ ਦੇ ਵੱਲੋਂ ਲਿਆ ਜਾ ਰਿਹਾ। ਚੋਰੀ ਦੇ ਵੇਲੇ ਇਹ ਬੱਚੀ ਨੂੰ ਵੀ ਨਾਲ ਰੱਖਿਆ ਹੋਇਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਤਾਂ ਤਸਵੀਰਾਂ ਖੰਨਾ ਦੇ GTB ਮਾਰਕੀਟ ਕੋਲ ਦੀਆਂ ਨੇ, ਜਿੱਥੇ ਇਹਨਾਂ ਦੇ ਵੱਲੋਂ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਗਿਆ। ਪੀੜਤ ਬਾਈਕ ਸਵਾਰ ਖਾਣਾ ਖਾਣ ਦੇ ਲਈ ਘਰ ਆਇਆ ਸੀ, ਇੰਨੇ ਨੂੰ ਇਹਨਾਂ ਨੇ ਮੋਟਰਸਾਈਕਲ 'ਤੇ ਹੱਥ ਸਾਫ਼ ਕਰ ਦਿੱਤਾ। ਜਦੋਂ ਪੀੜਤ ਨੌਜਵਾਨ ਦੇ ਵੱਲੋਂ ਗੁਆਂਢ ਦੇ CCTV ਕੈਮਰੇ ਖੁੰਘਾਲੇ ਗਏ ਤਾਂ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਰਕੇਸ਼ ਕੁਮਾਰ ਹੈ ਜੀ। ਮੋਟਰਸਾਈਕਲ ਲੈ ਗਏ ਜੀ ਇੱਥੋਂ ਕੱਲ੍ਹ ਕੁਛ 2:45 ਜੀ ਖਾਣਾ ਖਾਣ ਆਇਆ ਸੀ ਘਰ, ਅਤੇ ਬੱਚੇ ਆ ਨਾਲ ਬੰਦੇ ਦੇ, ਲੇਡੀਜ਼ ਆ, ਵੀਡੀਓ ਕੈਮਰੇ 'ਚ ਬਣ ਗਈ ਆ, ਪੂਰਾ ਸਾਫ਼ ਦਿਖਾਤਾ ਕੈਮਰੇ 'ਚ, ਅਤੇ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕੱਲ੍ਹ ਤੱਕ। ਤਾਂ ਪੁਲਿਸ ਕੋਲ ਵੀ 3-4 ਗੇੜੇ ਮਾਰੇ, ਪੁਲਿਸ ਹਜੇ ਤੱਕ ਆਈ ਨਹੀਂ ਮੌਕਾ ਦੇਖਣ ਵੀ, ਅਤੇ ਬੜਾ ਮੁਸ਼ਕਿਲ ਹੈ ਜੀ। ਇਹ ਤਾਂ ਘਰਾਂ 'ਚ ਪੈਣ ਲੱਗ ਗਏ ਚੋਰ ਬਹੁਤ। ਕਿੰਨੇ ਵਜੇ ਦੀ ਘਟਨਾ? ਇਹ 2:40 ਦੀ ਗੱਲ ਹੈ ਜੀ, ਕੱਲ੍ਹ ਸ਼ਾਮ ਦੁਪਹਿਰੇ। ਤੁਹਾਡੇ ਬਾਈਕ ਨੂੰ ਲੌਕ ਕਿਸ ਨੇ ਪਿਆ? ਲੌਕ ਲੱਗਾ ਹੋਇਆ ਸੀ, ਲੌਕ ਉਹਨੇ ਚਾਬੀ ਲਾਈ ਆ, ਪਤਾ ਨਹੀਂ ਕਿਹੜੀ ਚਾਬੀ ਸੀ ਉਹਦੇ ਕੋਲ, ਚਾਬੀ ਲਾਈ ਆ ਉਹਨੇ, ਅਤੇ ਮੈਂ ਪਲੱਗ ਦੀ ਤਾਰ ਵੀ ਕੱਢੀ ਹੋਈ ਸੀ, ਪਲੱਗ ਵੀ ਲਾਇਆ ਉਹਨੇ, ਸਟਾਰਟ ਕਰਕੇ ਆਰਾਮ ਨਾਲ ਲੈ ਗਿਆ ਉਹ। ਕੋਈ ਉਹਨੂੰ ਡਰ ਨਹੀਂ, ਕੋਈ ਖੌਫ ਨੀਗਾ, ਕੋਈ ਉਹਨੂੰ ਘਰ ਦੇ ਮੂਹਰੇ ਇਸ ਤਰ੍ਹਾਂ ਹੀ ਬਸ ਖੜਾ ਗੇਟ ਦੇ ਮੂਹਰੇ, ਤਾਂ ਆਪਾਂ ਅੰਦਰ ਖਾਣਾ ਖਾ ਰਹੇ ਹਾਂ, ਬਾਹਰ ਆ ਕੇ ਦੇਖਦੇ ਹਾਂ ਬਾਈਕ ਹੀ ਨਹੀਂ ਹੈਗਾ ਬਾਹਰ। ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ? ਬਸ ਜਦੋਂ ਜਸਟ 10 ਮਿੰਟ ਬਾਅਦ ਮੈਂ ਆਇਆ ਜੀ, ਮੈਂ ਸ਼ੋਪ 'ਤੇ ਜਾਣਾ ਸੀਗਾ ਵਾਪਸ, ਨਾਲ ਹੀ ਦੇਖਿਆ ਹੈ ਹੀ ਨਹੀਂ ਬਾਈਕ ਗਲੀ 'ਚ। ਹੁਣ ਪੁਲਿਸ ਮੁਲਾਜ਼ਮ ਕੀ ਕਹਿੰਦੇ? ਪੁਲਿਸ ਕੋਲ ਜਾ ਆਏ ਹਾਂ ਜੀ, ਰਿਪੋਰਟ ਕਰਨ ਲਿਖਾ ਆਏ ਹਾਂ, ਅਤੇ ਕੋਈ ਉਹਨਾਂ ਦਾ ਰਿਸਪੋਂਸ ਹਜੇ ਤੱਕ ਮੌਕਾ ਦੇਖਣ ਨਹੀਂ ਆਈ। ਕੱਲ੍ਹ ਦੁਪਹਿਰ ਦੀ ਲਿਖਾਈ ਹੋਈ ਆ ਸ਼ਾਮ ਦੀ ਰਿਪੋਰਟ, ਕੋਈ ਹਜੇ ਤੱਕ ਮੁਲਾਜ਼ਮ ਹਜੇ ਸਾਡੇ ਕੋਲ ਆਇਆ ਤਾਂ ਹੈ ਨਹੀਂ ਪ੍ਰਸ਼ਾਸਨ। ਅਤੇ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ? ਪਬਲਿਕ ਨੂੰ ਇਹੀ ਹੈ ਜੀ, ਆਪਣਾ ਅਵੇਅਰ ਹੋਇਓ, ਹੁਣ ਆਪਣਾ ਤਾਂ ਘਰਾਂ 'ਚ ਆਉਣ ਲੱਗ ਗਏ ਜੀ, ਧਿਆਨ ਰੱਖੋ ਆਪਣਾ ਬਸ। ਤੁਸੀਂ CCTV 'ਚ ਕੀ ਦੇਖਿਆ ਵੀ ਕੌਣ ਸੀ ਚੋਰੀ ਕਰਕੇ ਲੈ ਕੇ ਗਿਆ ਜਿਹੜਾ ਬਾਈਕ? CCTV ਦੇ ਵਿੱਚ ਜੀ ਲੜਕਾ ਆ ਰਿਹਾ, ਇੱਕ ਉਹਦੀ ਵਾਈਫ ਹੈ ਨਾਲ ਬੱਚਾ ਹੈ, ਅਤੇ ਪੂਰਾ ਐਨ ਚਿਹਰੇ ਸਾਫ਼ ਆ ਰਹੇ ਨੇ ਜੀ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਪਤਾ ਨਹੀਂ ਲੱਗ ਰਿਹਾ, ਉਹ ਤਾਂ ਜਾਣੀ ਸ਼ਰੇਆਮ ਲੈ ਕੇ ਗਿਆ ਜੀ, ਜਾਣੀ ਵੀ ਕੋਈ ਡਰ ਖੌਫ ਇਹ ਨਹੀਂ ਹੈਗਾ ਉਹਨਾਂ ਨੂੰ ਪੁਲਿਸ ਦਾ। ਤਾਂ ਹੁਣ ਕੀ ਮੰਗ ਕਰਦਾ? ਮੰਗ ਤਾਂ ਇਹੀ ਹੈ ਜੀ, ਲਿਆ ਸੀ ਮਸਾਂ ਹੀ ਲਿਆ ਸੀ ਕਿਸ਼ਤਾਂ ਕੁਸ਼ਤਾਂ 'ਤੇ, ਹੁਣ ਮਿਲ ਜਾਵੇ ਤਾਂ ਜੀ, ਘਰੇ ਹੀ ਬੈਠੇ ਹਾਂ, ਕੰਮ 'ਤੇ ਵੀ ਨਹੀਂ ਗਏ ਹੈਗੇ, ਅਤੇ ਬੜਾ ਮੁਸ਼ਕਿਲ ਹੋ ਗਿਆ ਜੀ। ਹੁਣ ਸਮਾਂ ਕੀ ਸੋਚ ਰਹੇ ਸੀ, ਬੱਚੇ ਦਾ ਕੱਲ੍ਹ ਜਨਮ ਦਿਨ ਸੀਗਾ, ਇਹ ਵੀ ਰੋ ਰਿਹਾ ਕੱਲ੍ਹ ਦਾ, ਇਹ ਵੀ ਥੋੜ੍ਹਾ ਬਹੁਤ ਚਲੋ ਨਾਲ ਚਲੇ ਜਾਂਦਾ ਸੀ, ਘੁੰਮ ਫਿਰ ਲੈਂਦੇ ਸੀਗੇ, ਬਸ ਹੁਣ ਲੈ ਗਏ ਜੀ ਚੱਕ ਕੇ, ਹੁਣ ਕੀ ਕਰ ਸਕਦੇ ਹਾਂ।